अंकुश ठाकुर जी लंगल दी आन बान शान जो साडे दरमियान पहुंची है सरोपा पान सिकंदर जी नूं टोपा पवाता तेरे वाले वेखदा आईयां ए मेरा लोग गवाचा कुत्ते भूक के तेनू देख के किदा सोणे हो आए हाँ जी गुड मॉर्निंग जी गुड मॉर्निंग सवेर हो चुकी आ सवेर उठते नाल ही जिद्दां फ्लैट तो नीचे आया तो अपने दो भरा नीचे वीडियो बनाने लगे आ दिखाउंदा बेचारे इन्नी मेहनत करते ना तो अज के व्लॉग के नाल सारे पहला जुड़े रहियो तो अज जो होगा तुहानूं सारा कुछ दिखावांगे अपनी गलत हो कैमरामैन गलतियां कढ दिंदे ये है भाई लिपसिंग पूरी सही है जे तुसीं बनाउंदे होगे परेशान तो होंदे होगे ओदन सही कीती नहीं ओदा तां एक टेक च कर गया ही हुंदा बस सारी लिपसिंग सही है भोरी एक मिनट भाजी चल दिखा दो एक दो तो कैमरा केड़ा गलत है कैमरे दी गलती कोई वीडियो आ कोई एदी गलती है लंदा हुण किधर नु जाणा चली उधर नु किधर वीडियो दो चार बना वीडियो बना देना आया ओदी भी बनानी उधर चल दिया दपांशु दा भरा आया उहनूं मिलीए उत्थे जांदे आ किते घूम फिर के आने आ वीडियो वूडियो बना लईए चलो अगे मिलदे आ तुहानूं जो भी होया ठंड बहुत ज्यादा हो गई आ जैकेट वैसे मैं नाल चक ली उदा तो थलो टी शर्ट के राइयों तो शोल ले लिया तो बहुत वधिया ठीक है इन्ना मतलब कि ठंड ये लगती नहीं पई तो अगे जाके जो शाम होगी धुंद ज़्यादा पेगी तो जैकेट पा लाँगे तो इनू लैके चला हूँ मैं नाल क्या बात है मित्रों तू हूँ समान जरा फड़ना ना हो जी एंड तू करा देनी राह च ये आप खाने हूँ परांठे खिलाने लगा अपना हरीश वीडियो डायरेक्टर जी गाजरां दा बोह किते पास आपां भरा भी देनी सीगी परौंठे पासा दो रह गए मैं इक खाणा मैं भी इक होर खाणा ओह दे हैगे ओचो खाणा मैं पहला गरम कराई तू चक के लै गया परौंठा मेरा ओए बे दो अपने टिटवे मकरोनी दी भैन कढ़ती तुसीं सारयां ने भैन चो ओ दे जेबां च तां नहीं भर ली वीर चलिए भाई नूं बस स्टैंड छड्ड के आईए भाई ने गड्डी च जाना उदा पर बस स्टैंड जाना मेरा छड्ड के चलो बाहर नेरा हो चुका भाई इत्थे रख लो दो दिन फिर लाउडी ते चलो जी हुण भाई नूं छड्ड के आईए मित्रों स्टेज लग गई है इत्थे
ਕੁੱਤਮ ਕੁੱਤਾ ਕੰਮ ਹੋ ਲਗਾ ਇੱਥੇ ਕੁੱਤਮ ਕੁੱਤਾ ਮੈਂ ਕਿਹੜਾ ਹੁੰਦਾ ਕੁੱਤਮ ਕੁੱਤਾ ਦਾ ਸੁਣਿਆ ਸੀ ਕੁੱਤਮ ਕੁੱਤਾ ਕਿਹੜਾ ਆ ਵੇਖੋ ਉੱਧਰ ਤੇ ਉੱਧਰ ਚਾਲੇ ਨੇ ਘਾਹ ਦਿਖਾ ਕੇ ਇੱਧਰ ਤੇ ਉੱਧਰ ਕਰਤਾ ਉਹ ਦਿਖਾਇਆ ਹੀ ਨਹੀਂ ਹਲੋ ਵੀਰ ਜੀ ਅਸੀਂ ਆ ਗਏ ਆ ਤੀਜੀ ਬੱਤੀ ਖੜਕੂਗੀ ਪਿੰਡ ਵਿਚਾਲੇ ਮਾਨਯੋਗ ਸਤਿਆਨ ਸਰੋਪਾ ਪਾਓ ਤੇ ਪੰਛੂ ਜੀ ਸਾਡੇ ਅੰਕੁਸ਼ ਠਾਕੁਰ ਜੀ ਨੰਗਲ ਦੀ ਆਨ ਬਾਨ ਸ਼ਾਨ ਜੋ ਸਾਡੇ ਦਰਮਿਆਨ ਪਹੁੰਚੀ ਹੈ ਸਰੋਪਾ ਪਾਨ ਸਿਕੰਦਰ ਜੀ ਨੂੰ ਟੋਪਾ ਪਾਤਾ ਚੱਲ ਪੈ ਗੰਦ ਵਾ ਮੇਰੇ ਵੀਰੋ ਸਨੈਪੀ ਜੀ ਉਹ ਚੱਕ ਮਾਰ ਸਰਕਾਰ ਜੋ ਉਹ ਥੱਲੇ ਦਿਖਾ ਦੇ ਦੇ ਲਗਾ ਸਿਕੰਦਰ ਨੂੰ ਐ ਖਵਾਣੇ ਲੰਗ ਹਨੇਰੀ ਬੰਤੀ ਅੰਦਰ ਸਿਕੰਦਰ ਪਿੱਛੇ ਲੇਟ ਆ ਲੰਬ ਬੰਤੀ ਲੰਬ ਆ ਗਏ ਵੱਜ ਗੱਡੀ ਇਹ ਭਾਜੀ ਬਹੁਤ ਤਰ੍ਹਾਂ ਦੀਆਂ ਆਵਾਜ਼ਾਂ ਕਰਦਾ ਇਹ ਥੋੜਾ ਜਿਹਾ ਸ਼ਾਮ ਹੋ ਗਈ ਏਦਾਂ ਦੀ ਆ ਰਾਤ ਨੂੰ ਕੁਝ ਹੋਰ ਆਵਾਜ਼ਾਂ ਵੀ ਨਿਕਲਦੀਆਂ ਇਹਦੀਆਂ ਕਰਾਉਣੀਆਂ ਨੇ ਆ ਕੇ ਸੁਣ ਸੋਨੇ ਦੀਆਂ ਕੰਗਣਾ ਵਸੋ ਦਾ ਇੱਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਸਾਹ ਵਿੱਚ ਬੰਦ ਹੋ ਜਾ ਇੱਕੋ ਜਿਹਾ ਰਾਮਲੀਲਾ ਦੀ ਐਡ ਉਹ ਕਰਦੇ ਪਏ ਆ ਰਿਹਰਸਲ ਰਿਹਰਸਲ ਕਰਨ ਦੇ ਹੀ ਉਹ ਤੇਰੀ ਮਾਂ ਦੀ ਓਏ ਸੁਣਾ ਲੋ ਪਹਿਲਾਂ ਰਾਤ ਵਾਲੀ ਫਿਲਮ ਚ ਆਉਂਦਾ ਸਨੈਪੀ ਆਇਆ ਓਏ ਓਏ ਸਨੈਪੀ ਚਲੋ ਆਜੋ ਇੱਧਰ ਆ ਸਨੈਪੀ ਚੱਲ ਚੱਲ ਸਨੈਪੀ ਆਪ ਹੀ ਜੀ ਰਾਵਣ ਸੀਤੇ ਦੀ ਸ਼ਕਲ ਦੇਖ ਰਾਵਣ ਕਿੱਦਾਂ ਬੋਲ ਰਿਹਾ ਤਾ ਸੀਤੇ ਕਰੇਗੇ ਅਗਰ ਸ਼ੌਕਰੇ ਹਰੇਕ ਕਾਮ ਕੋ ਕੌਣ ਜਾਣੇਗਾ ਇਸ ਦੁਨੀਆ ਮੇਂ ਰਾਵਣ ਕੇ ਨਾਮ ਕੋ ਚੱਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੇ ਪਿੰਡ ਦੇ ਵਿੱਚ ਸਾਹਿਬ ਸਿਕੰਦਰ ਜੀ ਐਮ ਐਲ ਏ ਲਾਉਣ ਆਏ ਹਾਂ ਜੀ ਤੇ ਬਹੁਤ ਮਾਣ ਸਤਿਕਾਰ ਪਹਿਲਾਂ ਵੀ ਤੁਹਾਡੇ ਪਿੰਡ ਨੂੰ ਮਿਲਿਆ ਸਿਰਫ ਗਿਣ ਕੇ 6 ਵੋਟਾਂ ਜਿਹੜੀਆਂ ਸਾਡੇ ਭਰਾ ਨੂੰ ਪਈਆਂ ਜੀ ਇਸ ਵਾਰ ਸਾਡਾ ਭਰਾ ਯਾਦ ਕਰਾਂ ਕੋਈ ਪਾਰਟੀ ਨਹੀਂ ਹੈਗਾ ਇਹ ਮੇਰਾ ਵੀ ਨਿੱਕਾ ਚੇਅਰਮੈਨ ਵਾਈਸ ਪ੍ਰੈਜ਼ੀਡੈਂਟ ਤੇ ਤੁਹਾਡੇ ਜਿਹੜੇ ਪਿੰਡ ਦੇ ਤੰਗੀਆਂ ਕਿੰਨੇ ਟਾਈਮ ਤੋਂ ਚੱਲਣ ਲੀਆਂ ਉਹ ਮੇਰਾ ਭਰਾ ਅੱਜ ਵੋਟਾਂ ਲੈਣੀਆਂ ਖੜਨੇ ਜਿਹੜੇ 10 ਸਾਲਾਂ ਤੋਂ ਤੁਸੀਂ ਧੱਕੇ ਖਾਂਦੇ ਮੇਰਾ ਵੀਰ ਜਿਹੜਾ ਆ ਇਹ ਪਹਿਲੀ ਵਾਰ ਐਮ ਐਲ ਏ ਖੜਿਆ ਤੇ ਆਜੋ ਮੇਰੇ ਵੀਰ ਜੀ ਦੋ ਮੜਾਇਆ ਭਾਸ਼ਣ ਭਾਈ ਪਹਿਲੇ ਫੋਨ ਦਾ ਸਹੀ ਕਰਾ ਕੇ ਨੀਲੇ ਰੰਗ ਦਾ ਵੀਰ ਤੁਹਾਡੀ ਸੇਵਾ ਚ ਲੱਗੀ ਹੈ ਸੋ ਤੁਸੀਂ ਜਾਣਦੇ ਹੋ ਪਿਛਲੇ 6-7 ਸਾਲਾਂ ਤੋਂ ਜੂਨ ਫਰਾਈ ਹੋਇਆ ਤੇਰਾ ਚੋਣ ਨਿਸ਼ਾਨ ਚੋਣ ਨਿਸ਼ਾਨ ਦੇਖ ਲੋ ਸਨੈਪੀ ਲੋ ਜੀ ਇੰਨਾ ਭਾਸ਼ਣ ਦਿੱਤਾ ਸਾਡੇ ਮਾਈਕ ਦੀ ਆਵਾਜ਼ ਆ ਜਿਹੜੀ ਸੁਣੋ ਹੈਲੋ ਕਿੱਦਾਂ ਸੋਹਣਿਓ ਸਾਡਾ ਮਾਈਕ ਬਹਿ ਗਿਆ ਪਰ ਸਾਡੇ ਗਲੇ ਨੀ ਬੈਠੇ ਨਿਕਲ ਆ ਜੀ
हेलो स्नैपी तू मैनू कहना मैं काली मैं निकल जूंगी तेरे ढिड चो ढिड चो नहीं निकलना तू बाबे पीछे पाछे निकलेगा कि ਬਾਜੀ ਕਿੱਦਾਂ ਉਹ ਕਿੱਦਾਂ ਪਤਲੋ ਤੇਰਾ ਮੁੰਡਾ ਆ ਗਿਆ ਤੇਰਾ ਮੁੰਡਾ ਆ ਗਿਆ ਓਏ ਇਦਾਂ ਨਹੀਂ ਕਰ ਮੈਂ ਚੋਦਾ ਡੈਡੀ ਬਦਲੀ ਜਾ ਸੋ ਹਾਂਜੀ ਦੋਸਤੋ ਤੇ ਮੈਂ ਘੁੰਮ ਫਿਰ ਕੇ ਘਰੇ ਪਹੁੰਚ ਗਿਆ ਫਲੈਟ ਪਹੁੰਚ ਗਿਆ ਥੋੜਾ ਵਿੱਚ ਵਲੌਗ ਬਣਾਉਣਾ ਭੁੱਲ ਗਿਆ ਸੀ ਕੋਈ ਚੱਕਰ ਪੈ ਗਿਆ ਸੀ ਫਿਰ ਤੇ ਆਹ ਦੇਖੋ ਮੇਰਾ ਸਨੈਪੀ ਪੁੱਤ ਸਨੈਪੂ ਤੇ ਹੁਣ ਚਲੋ ਜੀ ਵਲੌਗ ਜੇ ਵਧੀਆ ਲੱਗਿਆ ਤੁਹਾਨੂੰ ਬਾਕੀ ਵੀ ਦਿਖਾਉਣਾ ਕੀ ਕਰਦੇ ਆ ਰੋਟੀ ਬਣਦੀ ਇੱਧਰ ਰੋਟੀ ਸੋ ਅਤੇ ਹੁਣ ਅਸੀਂ ਮੈਂ ਕਰਾਂ ਰੈਸਟ ਅਤੇ ਜੇ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਗਾਣੇ ਆਉਣ ਵਾਲੇ ਆ ਹੋਰ ਜੁੜੇ ਰਹੋ ਬਾਏ ਲਵ ਯੂ